ਤੁਸੀਂ ਚਾਹ ਆਪ ਪੀ ਰਹੇ? ਹਾਂਜੀ ਵੀਰ ਜੀ। ਹਾਂ ਪਾਣੀ ਬਾਰੇ ਗੱਲ ਦੱਸੀ, ਕਿਆ ਦੱਸ? ਪਾਣੀ ਵੀਰ ਜੀ ਪਹਿਲਾਂ ਪੀਂਦਾ ਨਹੀਂ ਸੀਗਾ, ਜਦ ਮੇਰੇ ਹੱਥ ਨਹੀਂ ਚੱਲਦੇ ਸੀਗੇ, ਸੀ ਲੈਵਲ ਦੀ ਸੱਟ ਲੱਗੀ ਹੋਈ ਹੈ ਨਾ। ਪਾਣੀ ਮਤਲਬ ਬਹੁਤ ਸਾਹਮਣੇ ਦੇਖਦਾ ਰਹਿੰਦਾ ਸੀਗਾ? ਹਾਂਜੀ ਵੀਰ ਜੀ। ਕਿਆ ਘਰੇ? ਹਾਂਜੀ ਘਰੇ ਰਿਹਾ ਵਾਂ, ਤਕਰੀਬਨ ਹੁਣ ਦੀ 9 ਸਾਲ ਹੋ ਗਏ ਸੱਟ ਲੱਗੀ ਨੂੰ। ਵੀ ਮੰਨ ਲਓ ਵੀ ਜਦ ਤੁਹਾਡੇ ਕੋਲ ਆਇਆ ਸੀਗਾ, ਉਦੋਂ ਬਾਅਦ 'ਚ ਹੀ ਐਕਸਰਸਾਈਜ਼ ਵਗੈਰਾ ਕੀਤੀ ਫਿਜ਼ੀਓਥੈਰੇਪੀ ਦੇ ਨਾਲ, ਹੈ ਨਾ, ਆਪਦੇ ਯੋਗਾ। ਕਈ ਕਈ ਘੰਟੇ ਪਾਣੀ ਨੂੰ ਦੇਖਦਾ ਰਹਿੰਦਾ ਸੀ, ਪਿਆਸ ਲੱਗੀ ਸੀਗੀ? ਹਾਂ ਉਹ ਤਾਂ ਦੇਖਦਾ ਰਹਿੰਦਾ ਸੀਗਾ ਵੀਰ ਜੀ ਪਾਣੀ ਨੂੰ, ਕਿ ਵੀ ਕੌਣ ਪਿਲਾਊਗਾ, ਹੈ ਨਾ, ਦੇਖੀ ਜਾਂਦਾ ਸੀਗਾ ਪਾਣੀ ਨੂੰ। ਮੰਮੀ ਚਲੇ ਜਾਂਦੇ ਸੀਗੇ ਬਾਹਰ ਨੂੰ, ਐਂ ਸੀਗਾ ਵੀ ਕਦ ਪੀਊਂਗਾ ਆਪਣੇ ਹੱਥ ਨਾਲ, ਬਸ ਸੋਚਦਾ ਹੁੰਦਾ ਸੀਗਾ। ਅਤੇ ਉਸ ਮਾਲਕ ਦਾ ਵਾਹਿਗੁਰੂ ਦਾ ਸ਼ੁਕਰ ਹੈ ਕਿ ਅੱਜ ਉਹ ਦਿਨ ਦੇ ਵਿੱਚੋਂ ਇੰਨਾ ਵਧੀਆ ਟਾਈਮ ਆ ਗਿਆ ਕਿ ਆਪਣਾ ਪਾਣੀ ਵੀ ਆਪਦਾ ਪੀ ਲੈਂਦਾ ਮੈਂ। ਅਚਾਰ ਰੱਖ ਕੇ ਪਾਣੀ ਪੀ ਕੇ ਸੋਚਿਆ ਸੀ ਦਿਨ ਵੀ ਆਊਗਾ? ਨਹੀਂ ਵੀਰ ਜੀ। ਕਿੰਨੇ ਸਾਲ ਪਾਣੀ ਨਹੀਂ ਬੋਟਲ ਨਹੀਂ ਕੋਲ ਚੱਕ ਪਾਇਆ ਸੀ? 5.5 ਸਾਲ।